ਇਸ ਮੁੰਡੇ ਦਾ ਪਿਓ ਮੈਂ ਆ ਮੈਂ ਇਹਦਾ ਨਾਂ ਸਰਦਾਰ ਲਖਵਿੰਦਰ ਸਿੰਘ ਬਰਾੜ ਰੱਖਣਾ ਉਰਫ ਲੱਖਾ ਸਮਝੇ ਆਪ ਇਸਨੇ ਜਿਸ ਨਾਮ ਤੇ ਮਰਜ਼ੀ ਬੁਲਾਓ ਪਰ ਹਮ ਤੋ ਇਸਨੇ ਪਿਆਰ ਤੇ ਲਲਿਤ ਹੀ ਬੁਲਾਵੇਂਗੇ ਇਹਨਾਂ ਨੇ ਮੈਨੂੰ ਚੰਗਾ ਰੈਫਰੀ ਬਣਾਇਆ ਹਾਂਜੀ ਕਦੋਂ ਸਪਾਈਕਿੰਗ ਲੱਖਾ ਕਿੱਥੇ ਹੈ ਲਲਿਤ ਕਿੱਥੇ ਜੋ ਅੱਜ ਦਾ ਕੰਮ ਨਹੀਂ ਕੱਲ ਕਰਦਾ ਮੁੰਡਾ ਸਾਰਿਆਂ ਨੂੰ ਲਲਿਤ ਦਾ ਵਿਆਹ ਹਰਿਆਣਵੀ ਛੋਰੀ ਤੇ ਹੋਗਾ ਲੱਖੇ ਦਾ ਵਿਆਹ ਪੰਜਾਬਣ ਕੁੜੀ ਦੇ ਸਾਥ ਹੀ ਹੋਗਾ ਰਹਿ ਹਰਿਆਣਵੀ ਛੋਰੀ ਤੇ ਕਰੂੰਗੀ ਪੰਜਾਬਣ ਕੁੜੀ ਸੇ ਕਰੂੰਗਾ ਕਰਕੇ ਦਿਖਾ ਤੇਰੀ ਕਿਆ ਮਜਾਲ ਹੈ ਤੂੰ ਕਰਕੇ ਦਿਖਾ ਪਲੀਜ਼ ਬਸ ਕਰੋ ਇਸ ਪੰਜਾਬ ਹਰਿਆਣੇ ਦੇ ਰੌਲੇ ਚੋਂ ਮੈਨੂੰ ਬਾਹਰ ਕੱਢੋ ਰੋਂਦਾ ਰੋਂਦਾ ਆਇਆ ਥਾ ਤੂੰ ਮੇਰੇ ਧੋਰੇ ਨੋਟਸ ਲੈਣ ਖਾਤਰ ਨੋਟਸ ਉਤਾਰ ਕੇ ਵਾਪਸੀ ਮੈਂ ਮੇਰਾ ਸੁਸਰਾ ਮੋਬਾਈਲ ਨੰਬਰ ਲਿਖ ਕੇ ਦੇ ਗਿਆ ਦਿਲ ਬਣਾ ਕੇ ਲਿਖਾ ਹੈ ਬੀਚ ਮੇ ਗੁੱਡੀ ਜੀ ਮੈਸੇਜ ਮੀ ਯੋ ਲੈ ਮੇਰਾ ਮੈਸੇਜ ਅਸੀਂ ਹੋਰ ਕਿਸੇ ਤੋਂ ਰਕਤਾਂ ਕਰ ਰਹੇ ਜੀ ਜ਼ਰੂਰ ਕਰੋ ਜੀ ਕਰਵਾਓ ਨਾ ਜੀ ਅੱਖਾਂ ਆਪਣਾ ਹੈ ਤਾਂ ਸਿਆਣਾ ਪਰ ਛੋਟੀ ਉਮਰ ਗਲਤੀ ਹੋਈ ਜਾਂਦੀ ਹੈ ਮੁਲਾਕਾਤ ਕਰੇ ਨਾ ਦੱਸਿਓ ਕਿ ਮੇਰਾ ਹਰਿਆਣਵੀ ਕੁੜੀ ਨਾਲ ਤੂੰ ਮੈਨੂੰ ਕਿਹਾ ਸੀ ਮੈਂ ਪੰਜਾਬਣ ਕੁੜੀ ਨਾਲ ਵਿਆਹ ਕਰੂੰਗਾ ਕਿਹਾ ਸੀ ਨੇ ਕਿਹਾ ਸੀ ਤੰਨੇ ਮੇਰੀ ਕਸਮ ਖਾਈ ਤੀ ਕਿ ਮੇਰੀ ਪਸੰਦ ਕੀ ਛੋਰੀ ਗੈਲ ਵਿਆਹ ਕਰੇਗਾ ਮੈਂ ਸਰਦਾਰ ਕਰਨਲ ਸਿੰਘ ਬਰਾੜ ਬਰਾੜ ਸਾਹਿਬ ਸਕ੍ਰਿਪਟ ਚ ਤੱਪੜ ਵਾਲਾ ਕੰਮ ਹੈ ਨਹੀਂ ਸੀ ਬੇਬੇ ਰਾਮ 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 ਭਾਈ ਜੀਜਾ ਹਾਏ ਲਾਗੂ ਹਾਏ ਲੱਗੇ ਤੇਰੀ ਮਾਂ ਨੂੰ ਨਾਲੇ ਤੈਨੂੰ ਸਸਰੀ ਕਾਲ ਨਹੀਂ ਕਰਨੀ ਉਹਦੀ ਅਰ ਥਮ ਰਾਮ ਰਾਮ ਨਹੀਂ ਬੋਲ ਸਕਤੇ ਰਾਮ ਰਾਮ ਤੇ ਹਾਏ ਹਾਏ ਚ ਕੋਈ ਫਰਕ ਨਹੀਂ ਹੈ ਸਾਰੇ ਕਮਰੇ ਖੁਲਾਓ ਜੀਜਾ ਜੀ ਯੋ ਤੋ ਦੂਲੇ ਕਾ ਕਮਰਾ ਹੈ ਔਰ ਕੀ ਓ ਇਹ ਤੇ ਦੂਲੇ ਕਾ ਕਮਰਾ ਹੈ ਮੈਂ ਤੇਰੇ ਦੂਲੇ ਦਾ ਦੂਲਾ ਸਮਝ ਗਿਆ ਇਸ ਆਦਮੀ ਨੇ ਮੇਰਾ ਜਿਨਾ ਹਰਮ ਕਰ ਰੱਖਿਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਤਾਂ ਮੇਰੀ ਨੇਰੀ ਲਿਆ ਦੇਣੀ ਆ ਇਹ ਤਾਂ ਗੱਲ ਹੈ ਰੇ ਕੰਮ ਭੌਂਕ ਸੱਸ ਚੜ ਜਾਏਗਾ ਆ ਚੁੱਪ ਕਰ ਹਾਰਟ ਅਟੈਕ ਹੋ ਜਾਏਗਾ ਤੇਰਾ ਹੁਸ਼